ਸਾਰਿਆਂ ਨਾਲੋਂ ਵੱਡੇ ਟਰੈਕਟਰ ਤੁਹਾਨੂੰ ਦੱਸਦੇ ਹਾਂ, ਫੋਰ ਵੀਲ ਡਰਾਈਵ 'ਚ ਨੇ, 5620 ਨਿਊ ਹੋਲੈਂਡ ਦਾ 5620 ਫੋਰ ਵੀਲ ਡਰਾਈਵ 20 ਮਾਡਲ ਹੈ, 9,15,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਜੀ ਤੁਸੀਂ ਕੰਡੀਸ਼ਨ, ਤੁਸੀਂ ਦੇਖੋ ਟਰੈਕਟਰ ਦੀ, ਫੋਰ ਵੀਲ ਡਰਾਈਵ ਆ। ਅਤੇ ਉਸ ਤੋਂ ਬਾਅਦ ਨਿਊ ਹੋਲੈਂਡ ਦਾ 5510 22 ਮਾਡਲ ਹੈ, 9,65,000 ਰੁਪਇਆ ਡਿਮਾਂਡ ਹੈ, ਟਾਇਰ ਨਵੇਂ ਨੇ। ਤੁਸੀਂ ਤਾਂ ਆਪ ਹੀ ਸੋਚ ਸਕਦੇ ਜੇ 22 ਮਾਡਲ ਦਾ ਕੀ ਘਸਿਆ ਹੋਣਾ, ਟਾਇਰ ਨਵੇਂ ਪਏ ਨੇ, ਨਾਲ ਦੇ ਟਾਇਰ ਨੇ, ਠੀਕ ਹੈ ਜੀ। ਹਜੇ ਤੱਕ ਤੁਸੀਂ ਦੇਖੋ ਸਾਈਡ ਤੋਂ ਜਿਹੜੀਆਂ ਹੁੰਦੀਆਂ ਉਹ ਵੀ ਨਹੀਂ ਪਟੀਕੀਆਂ ਗਈਆਂ। ਅਤੇ ਜੌਨ ਡੀਅਰ 5036 17 ਮਾਡਲ ਹੈ, 4,35,000 ਰੁਪਇਆ ਡਿਮਾਂਡ ਹੈ, ਕੰਡੀਸ਼ਨ ਤੁਹਾਡੇ ਸਾਹਮਣੇ ਆ। ਇਸ ਸਾਈਡ ਮਹਿੰਦਰਾ DI 265 14 ਮਾਡਲ ਹੈ, 3,45,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਜੀ ਤੁਸੀਂ। ਅਤੇ ਨਿਊ ਹੋਲੈਂਡ 3630 13 ਮਾਡਲ ਹੈ, 3,45,000 ਰੁਪਇਆ ਡਿਮਾਂਡ ਹੈ ਸੁਪਰ ਦੀ। ਅਤੇ ਫੋਰਡ 3630 ਹਾਂਜੀ ਫੋਰਡ 3630 2000 ਮਾਡਲ ਹੈ, 2,25,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਤੁਸੀਂ ਫੋਰਡ ਦੀ। ਅਤੇ ਨਿਊ ਹੋਲੈਂਡ 4710 ਨਿਊ ਹੋਲੈਂਡ 4710 2013 ਮਾਡਲ ਹੈ, 3,35,000 ਰੁਪਇਆ ਡਿਮਾਂਡ ਹੈ, ਕੰਡੀਸ਼ਨ ਤੁਹਾਡੇ ਸਾਹਮਣੇ ਜੀ। ਜੌਨ ਡੀਅਰ 5310 19 ਮਾਡਲ ਹੈ, 6,45,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਤੁਸੀਂ ਕੰਡੀਸ਼ਨ ਦੇਖੋ ਤੁਸੀਂ। ਅਤੇ ਨਿਊ ਹੋਲੈਂਡ 5512 ਮਾਡਲ ਹੈ, 4,60,000 ਰੁਪਇਆ ਡਿਮਾਂਡ। ਆਈਸ਼ਰ ਟਰੈਕਟਰ ਹੈ ਅਤੇ 1992 ਮਾਡਲ ਹੈ, 1,07,000 ਰੁਪਇਆ ਡਿਮਾਂਡ ਹੈ, ਕੰਡੀਸ਼ਨ ਤੁਹਾਡੇ ਸਾਹਮਣੇ, ਟਾਇਰ ਟੱਪੇ ਜੀ ਦੇਖੋ। ਅਤੇ ਉਸ ਤੋਂ ਬਾਅਦ ਫਿਰ ਆਈਸ਼ਰ ਟਰੈਕਟਰ ਹੈਗਾ ਜੀ, 1998 ਮਾਡਲ ਹੈ, 1,30,000 ਰੁਪਇਆ ਡਿਮਾਂਡ ਹੈ ਵੀਰਾਂ ਦੀ। ਫਤਿਹਾਬਾਦ ਟਰੈਕਟਰ ਮੰਡੀ 'ਚ ਸੀ ਅਤੇ ਐਤਵਾਰ ਦੀ ਮੰਡੀ ਹੁੰਦੀ ਹੈ। ਫਾਰਮ ਟਰੈਕ ਹੀਰੋ 12 ਮਾਡਲ ਹੈ, 2.5 ਲੱਖ ਰੁਪਇਆ ਡਿਮਾਂਡ ਹੈ, ਮਗਰਲੇ ਟਾਇਰ ਨਵੇਂ ਨੇ, ਦੇਖ ਸਕਦੇ ਤੁਸੀਂ। ਮਹਿੰਦਰਾ 475 DI 2010 ਮਾਡਲ ਹੈ, 2,90,000 ਰੁਪਇਆ ਡਿਮਾਂਡ ਹੈ, ਕੰਡੀਸ਼ਨ ਤੁਹਾਡੇ ਸਾਹਮਣੇ, ਦੇਖ ਸਕਦੇ ਤੁਸੀਂ। ਫਤਿਹਾਬਾਦ ਟਰੈਕਟਰ ਮੰਡੀ ਅਤੇ ਆਏ ਹੋਏ ਹਾਂ ਹਰਿਆਣੇ 'ਚ। ਸੋਨਾਲੀਕਾ DI 35 2010 ਮਾਡਲ, 270 ਡਿਮਾਂਡ ਹੈ, ਦੇਖ ਸਕਦੇ ਜੀ ਕੰਡੀਸ਼ਨ, ਤੁਸੀਂ ਦੇਖੋ ਟਰੈਕਟਰ ਦੀ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਜੇ, ਕਮੈਂਟ ਕਰਕੇ ਪੁੱਛ ਸਕਦੇ ਜੋ ਪੁੱਛਣਾ ਤੁਸੀਂ। ਫਾਰਮ ਟਰੈਕ 6060 3,75,000 ਡਿਮਾਂਡ ਹੈ, 12 ਮਾਡਲ ਹੈ, 6060 ਦੀ 12 ਮਾਡਲ ਹੈ ਅਤੇ 3,75,000 ਡਿਮਾਂਡ ਹੈ, ਦੇਖ ਸਕਦੇ ਤੁਸੀਂ। ਉਸ ਤੋਂ ਬਾਅਦ ਮੈਸੀ ਫਿਊਜ਼ਨ 9,500 ਮਾਡਲ ਹੈ, 4,75,000 ਰੁਪਇਆ ਡਿਮਾਂਡ ਹੈ, ਕੰਡੀਸ਼ਨ ਤੁਹਾਡੇ ਸਾਹਮਣੇ, ਵੇਖ ਸਕਦੇ ਟਾਇਰ ਟੱਪੇ ਦੀ। ਅਤੇ ਫਾਰਮ ਟਰੈਕ 6060 ਇਹ ਹੈਗਾ ਜੀ 13 ਮਾਡਲ ਹੈ, 3,45,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਤੁਸੀਂ ਕੰਡੀਸ਼ਨ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੇ ਕਿਸਾਨਾਂ ਤੱਕ। ਨਿਊ ਹੋਲੈਂਡ 3031 ਮਾਡਲ ਹੈ, 4,55,000 ਰੁਪਇਆ ਡਿਮਾਂਡ ਹੈ, ਕੰਡੀਸ਼ਨ ਤੁਸੀਂ ਦੇਖ ਸਕਦੇ ਟਰੈਕਟਰ ਦੀ। ਨਿਊ ਹੋਲੈਂਡ 3630 ਸੁਪਰ 2014 ਮਾਡਲ ਹੈ, 3,55,000 ਡਿਮਾਂਡ ਹੈ ਜੀ। ਅਤੇ ਸੋਨਾਲੀਕਾ DI 750 21 ਮਾਡਲ ਹੈ, 6,50,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਤੁਸੀਂ ਕੰਡੀਸ਼ਨ। HDM ਸਿਕੰਦਰ ਨਿਊ ਹੋਲੈਂਡ 3630 12 ਮਾਡਲ ਹੈ ਜੀ, 3,95,000 ਰੁਪਇਆ ਡਿਮਾਂਡ ਹੈ, ਦੇਖੋ ਤੁਸੀਂ ਕੰਡੀਸ਼ਨ, ਦੇਖੋ ਟਰੈਕਟਰ ਦੀ ਜੇ ਤੁਹਾਨੂੰ ਲੱਗ ਵਿਖਾਈਏ। ਨਿਊ ਹੋਲੈਂਡ ਟਰੈਕਟਰ ਹੈ। ਅਤੇ ਇਸ ਸਾਈਡ ਜੌਨ ਡੀਅਰ 5504 11 ਮਾਡਲ ਹੈ, 4,25,000 ਡਿਮਾਂਡ ਹੈ ਜੀ, 4,25,000 ਡਿਮਾਂਡ ਹੈ 11 ਮਾਡਲ ਦੀ, ਦੇਖੋ। ਅਤੇ ਨਿਊ ਹੋਲੈਂਡ 5620 ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਜੀ, 21 ਮਾਡਲ ਹੈ, 9,55,000 ਰੁਪਇਆ ਡਿਮਾਂਡ ਹੈ, ਕੰਡੀਸ਼ਨ ਤੁਸੀਂ ਦੇਖ ਸਕਦੇ ਟਰੈਕਟਰ ਦੀ। ਨਵਾਂ ਪਿਆ, ਮਗਰਲੇ ਟਾਇਰ ਨਵੇਂ ਨੇ ਜੀ, ਅਗਲੇ ਵੀ ਨਵੇਂ ਨੇ, ਚਾਰੇ ਜੋੜੇ ਨਵੇਂ ਨੇ, ਚਾਰੇ ਟਾਇਰ ਨਵੇਂ ਨੇ। ਨਿਊ ਹੋਲੈਂਡ 3650 HP 18 ਮਾਡਲ ਹੈ, 5,00,000 ਡਿਮਾਂਡ ਹੈ ਜੀ, ਕੰਡੀਸ਼ਨ ਤੁਹਾਡੇ ਸਾਹਮਣੇ ਆ, ਦੇਖ ਸਕਦੇ ਜੇ। ਅਰਜਨ 555 21 ਮਾਡਲ ਹੈ ਜੀ, 5,90,000 ਰੁਪਇਆ ਡਿਮਾਂਡ ਹੈ, ਕੰਡੀਸ਼ਨ ਤੁਹਾਡੇ ਸਾਹਮਣੇ ਆ। ਮਗਰਲੇ ਟਾਇਰ ਨਵੇਂ ਹੀ ਮੰਨੋ, 10% ਘਸੇ ਨੇ, ਅਗਲੇ ਵੀ 10% ਹੀ ਘਸੇ ਨੇ, ਦੇਖ ਸਕਦੇ ਤੁਸੀਂ ਕੰਡੀਸ਼ਨ। ਅਤੇ ਨਿਊ ਹੋਲੈਂਡ 3230 21 ਮਾਡਲ ਹੈ, 5,25,000 ਰੁਪਇਆ ਡਿਮਾਂਡ ਹੈ,
इस तो बाद सारे वे ट्रैक्टर तुम दस दें फोर व्हील ड्राइव च ने 56 न्यू होलैंड का 56 फोर व्हील ड्राइव 20 मॉडल है 9,15,000 रुपया डिमांड है। देख सकते जी तुसी कंडीशन तुसी देखो ट्रैक्टर की फोर व्हील ड्राइव आ। उस तो बाद न्यू होलैंड का 55 10 22 मॉडल है 9,65,000 रुपया डिमांड है। टायर नवें तो आप ही सोच सकते जी 22 मॉडल का की कसा होना, टायर नवे पे ने नाल दे टायर ने, ठीक है जी। हजे तक तुम देखो सैड तो जड़िया होंगे वह भी नहीं पटेकिया गई। जॉन डीयर 5036 मॉडल है 4,35,000 रुपया डिमांड है। कंडीशन तेजे सामने आ। इस साइड महिंद्रा डी आई 265 मॉडल है 3,45,000 रुपया डिमांड है। देख सकते जी तुम। न्यू होलैंड 3630 13 मॉडल है 3,45,000 रुपया डिमांड है सुपर दी। फोर्ड 3630 हाँ जी फोर्ड 3630 2000 मॉडल है 2,25,000 रुपया डिमांड है। देख सकते हो तुम फोर्ड दी। न्यू होलैंड 4710 न्यू होलैंड 4710 2013 मॉडल है 3,35,000 रुपया डिमांड है। कंडीशन तेरे सामने जी। जॉन डीयर 5310 19 मॉडल है 6,45,000 रुपया डिमांड है। देख सकते हो तुम कंडीशन देखो तुसी। न्यू होलैंड 5512 मॉडल है 4,60,000 रुपया डिमांड है 12+3 स्पीड। न्यू होलैंड 3630 फोर व्हील ड्राइव 19 मॉडल है 6,70,000 डिमांड है। देख सकते कंडीशन तुसी फोर व्हील ड्राइव है। महिंद्रा नोवो 605 2018 मॉडल है 6,00,000 रुपया डिमांड है। PB नंबर है देखो जी तुसी कंडीशन तुसी देख सकते जी। स्वराज 855 रिवर्स PTO दे नाल है 21-20 मॉडल है 21 दी RC आ 6,65,000 रुपया डिमांड है। पेटी लगी हुई है मगर बैकसाइड तुसी देख सकते जी। उस तो बाद 5510 नवा ट्रैक्टर खड़ा नवा ट्रैक्टर 5510 जॉन डीयर जे कही 20 मॉडल है 21 दी RC है 745 डिमांड है। तुसी देख सकते जी जिथे आप पैर धरते हैं उतों रंग भी नहीं पटीचा। देखो तुसी पौड़ी तो रंग भी नहीं पटीचा हजे इंजन तो पटीचना ही की। देखो ब्रांड न्यू कंडीशन है ट्रैक्टर की। वीडियो वो शेयर कर दिया जी आ रो दे लाइन दे इत्थे कंप्लीट कर दें। अगली वीडियो मिलते हैं। धन्यवाद।